ਹੁਕਮਨਾਮਾ 53 ਇੱਕੋ ਓੰਕਾਰ ਸਤਿਗੁਰ ਪ੍ਰਸਾਦ ਲਿਖਤੋ ਦਿਆਲ ਸਿੰਘ ਜੋਗ ਜਵਾਲਾ ਦੇਈ ਬਹੁਤ ਕਰਕੇ ਰਾਮ ਸਤ ਵਾਚਣੀ ਹੋਰ ਮੇਰਾ ਕਹਿਣਾ ਇਹੋ ਹੈ ਜੋ ਤੂੰ ਇਕੰਤ ਹਮੇਸ਼ 24,000 ਮਾਲਾ ਫੇਰਿਆ ਕਰ ਅਰ ਹਮੇਸ਼ਾ ਦਾਤਨ ਕਰਿਆ ਕਰ ਅਰ ਅੱਧੀ ਰਾਤ ਦੇ ਪਿੱਛੋਂ 2 ਵਜੇ ਉੱਠ ਕੇ ਇਸ਼ਨਾਨ ਕਰਿਆ ਕਰ ਸਣੇ ਕੇਸੀ ਬਾਣੀ ਪੜ੍ਹਨੀ ਜਪ ਜਾਪ ਸੁਖਮਨੀ ਆਸਾ ਦੀ ਵਾਰ ਫਿਰ ਦਿਨ ਮੈਂ ਰਾਤ ਤਾਈਂ ਮਾਲਾ ਕਰਕੇ ਆਰਤੀ ਸੋਹਿਲਾ ਪੜ੍ਹ ਕੇ ਸੋਏ ਜਾਣਾ ਅਰ ਕੰਮ ਕੁਛ ਨਾ ਕਰਿਆ ਕਰ ਕੱਤਣ ਤੁੰਬਣ ਦਾ ਇੱਕ ਪ੍ਰਸਾਦ ਪਕਾ ਲਿਆ ਕਰ ਭਜਨ ਕਰਿਆ ਕਰ ਭਜਨ ਕਰਨ ਵਾਲਿਆਂ ਦਾ ਭਾਵੇਂ ਥੋੜ੍ਹਾ ਹੀ ਪਦਾਰਥ ਹੋਵੇ ਤਾਂ ਵੀ ਮੁੱਕਦਾ ਨਹੀਂ ਇਹ ਬਾਤ ਸਤ ਕਰਕੇ ਜਾਣਨੀ ਅਰ ਜਿਤਨਾ ਕੁ ਸਰੇ ਉਤਨਾ ਕੁਛ ਪੁੰਨ ਕਰ ਦੇਣਾ ਜਥਾ ਸਖਤ ਭੁੱਖੇ ਨੂੰ ਰੋਟੀ ਜੇ ਸਰੇ ਤਾਂ ਨੰਗੇ ਨੂੰ ਕੱਪੜਾ ਜੋੜਾ ਜਿੰਨਾ ਸਰੇ ਅਰ ਦੂਜਾ ਇਸ਼ਨਾਨ ਦਿਨ ਚੜ੍ਹੇ ਕਰਨਾ ਮੈਦਾਨੇ ਜਦੋਂ ਜਾਣਾ ਤਦ ਹੀ ਇਸ਼ਨਾਨ ਕਰ ਲੈਣਾ ਅਰ ਹਰ ਵਕਤ ਗੁਰੂ ਸਾਹਿਬ ਅੱਗੇ ਬੇਨਤੀ ਕਰਨੀ ਹੇ ਗੁਰੂ ਸਾਹਿਬ ਜੀ ਅਸੀਂ ਅਪਰਾਧੀ ਪਾਪੀ ਜੀਓ ਹਾਂ ਤੇਰਾ ਪਤਿਤ ਪਾਵਨ ਬਿਰਧ ਸੁਣ ਕੇ ਤੇਰੇ ਬੂਹੇ ਆਏ ਡਿੱਗੇ ਹਾਂ ਸਾਨੂੰ ਆਪਣੀ ਕਿਰਪਾ ਕਰਕੇ ਗੁਰਮਤ ਦਾ ਖੈਰ ਪਾਓ ਅਰ ਮਨੁੱਖਾਂ ਦਾ ਮੇਲ ਜਿੱਥੇ ਹੋਵੇ ਤਾਂ ਗੁਰਮੁਖਾਂ ਦਾ ਮੇਲਾ ਹੋਵੇ ਅਰ ਮਨਮੁੱਖਾਂ ਦੀ ਸੰਗਤ ਤੇ ਰੱਖ ਲਈ ਅਰ ਹੇ ਮਹਾਰਾਜ ਜੋ ਤੈਂ ਗੁਰੂ ਰੂਪ ਧਾਰ ਕੇ ਹੁਕਮ ਦਿੱਤਾ ਹੈ ਗ੍ਰੰਥ ਸਾਹਿਬ ਮੈਂ ਸੋ ਤੂੰ ਆਪਣਾ ਹੁਕਮ ਮੈਨੂੰ ਸਦਾ ਹੀ ਮਨਾਈ ਜਿੱਥੇ ਮੇਰਾ ਜੀਓ ਜਾਵੇ ਸਦਾ ਹੀ ਮੈਨੂੰ ਆਪਣੇ ਹੁਕਮ ਉੱਤੇ ਪ੍ਰਤੀਤ ਦਾ ਦਾਨ ਦੇਈ ਹੇ ਮਹਾਰਾਜ ਮੈਨੂੰ ਦੂਜੇ ਭਾਏ ਤੇ ਸਦਾ ਹੀ ਰੱਖ ਲਈ ਤੇਰਿਆਂ ਚਰਨਾਂ ਤੇ ਬਿਨਾਂ ਮੇਰੀ ਦੂਜੇ ਥਾਂ ਕਦੇ ਵੀ ਨਾ ਪ੍ਰਤੀਤ ਹੋਵੇ ਮਹਾਰਾਜ ਮੈਨੂੰ ਸਦਾ ਹੀ ਬੇਮੁਖੀ ਤੇ ਰੱਖ ਲਈ ਬੇਮੁਖੀ ਇਸ ਦਾ ਨਾਂ ਹੈ ਜੋ ਗੁਰੂ ਕੇ ਹੁਕਮ ਤੇ ਫਿਰ ਜਾਣਾ ਬੜਾ ਦੁੱਖ ਹੈ ਬੇਮੁਖੀ ਦਾ ਇਹੋ ਮੰਗ ਗੁਰੂ ਸਾਹਿਬ ਤੇ ਹਰ ਵਕਤ ਕਦੇ ਬੋਲ ਕੇ ਕਦੇ ਅੰਦਰ ਹੀ ਮੰਗਣੀ ਅੰਤਰਜਾਮੀ ਸਾਰੇ ਹੀ ਸੁਣਦਾ ਹੈ ਹਰ ਵਕਤ ਗੁਰੂ ਜੀ ਤੇ ਇਹੋ ਮੰਗਣਾ ਹੇ ਮਹਾਰਾਜ ਸਾਸ ਸਾਸ ਤੇਰਾ ਨਾਮ ਚੇਤਾ ਵੇ ਹੇ ਮਹਾਰਾਜ ਨਾ ਕਦੇ ਦੁੱਖ ਵਿੱਚ ਵਿਸਰੀ ਨਾ ਸੁੱਖ ਵਿੱਚ ਵਿਸਰੀ ਸਦਾ ਹੀ ਮੇਰੇ ਹਿਰਦੇ ਵਸੀ ਮੈਨੂੰ ਕੋਈ ਹੋਰ ਭੁੱਖ ਨਾ ਰਹਿ ਸਦਾ ਹੀ ਤੇਰੇ ਨਾਮ ਦੀ ਭੁੱਖ ਲੱਗੀ ਰਹੇ ਸਾਰਿਆਂ ਪਦਾਰਥਾਂ ਤੇ ਆਪਦੀ ਦਰਗਾਹੋਂ ਆਪਣੇ ਦਿੱਤੇ ਉੱਤੇ ਸੰਤੋਖ ਦਾ ਦਾਨ ਦੇਈ ਹਮੇਸ਼ਾ ਇਹੋ ਅਰਦਾਸ ਤੂੰ ਆਪਣੇ ਪਾਸ ਰੱਖੀ ਅਰ ਜੋ ਮੈਂ ਆਖੀ ਹੈ ਸੋ ਮੰਗ ਹਮੇਸ਼ਾ ਹੀ ਮੰਗਣੀ ਗੁਰੂ ਪਾਸ ਤੇ ਅਰ ਮੰਨਣ ਵਾਲਾ ਹੋਵੇ ਕੋਈ ਸਰੀਰ ਤਾਂ ਉਸ ਕੋ ਵੀ ਸੁਣਾ ਦੇਣੀ ਇਸ ਮੰਗ ਮੰਗਣ ਤੇ ਸਾਰੇ ਹੀ ਕਾਰਜ ਸਰ ਜਾਣਗੇ ਅਰ ਕਦੇ ਵੀ ਕੋਈ ਦੁੱਖ ਨਾ ਹੋਊਗਾ ਇਸ ਚਾਲ ਚੱਲਣ ਤੇ ਮੈਂ ਕੀ ਆਖਣਾ ਹੈ ਸਾਰੇ ਗ੍ਰੰਥ ਸਾਹਿਬ ਮੈਂ ਇਹੋ ਬਾਤ ਲਿਖੀ ਹੈ ਜੀ ਦਾ ਮੰਗਣ ਦਾ ਕੰਮ ਹੈ ਦੇਣ ਵਾਲਾ ਗੁਰੂ ਹੈ ਜੀਆਂ ਨੂੰ ਮੰਗ ਮੰਗਣ ਦਾ ਹੀ ਦੁੱਖ ਹੋ ਰਿਹਾ ਹੈ ਸਤ ਪ੍ਰਤੀਤ ਜਾਣਨੀ ਅਰ ਉੱਤਮੀ ਨੂੰ ਇਹ ਅਰਦਾਸ ਉਤਾਰ ਦੇਣੀ ਉਹ ਵੀ ਤੇਰੀ ਸਹੇਲੀ ਹੈ ਉੱਤਮੀ ਇਸ ਅਰਦਾਸ ਨੂੰ ਆਪਣੇ ਪਾਸ ਰੱਖੇ ਹਰ ਵਕਤ ਪਰਮੇਸ਼ਰ ਦਾ ਸਿਮਰਨ ਕਰਨਾ ਹਰ ਵਕਤ ਆਖਣਾ ਹੇ ਪਰਮੇਸ਼ਰ ਤੇਰੀ ਸ਼ਰਨ ਹੈ ਮਨਮੁਖੀ ਉਹ ਰੱਖ ਲਈ ਗੁਰਮਤ ਦਾ ਦਾਨ ਦੇਈ ਆਪਣੀ ਦਰਗਾਹੋਂ ਗੁਰੂ ਦਿਆਲ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹੋ ਬਿਰਧ ਸਵਾਮੀ ਸੰਦਾ ਹੈ ਜਿਤਨੇ ਸੋ ਖੈਣ ਲੋਕ ਦੇ ਪਰਲੋਕ ਦੇ ਸੋ ਸਾਰੇ ਗੁਰਮਤ ਮੈਂ ਹੈਨ ਜਿਤਨੇ ਦੁੱਖ ਹੈਨ ਸੋ ਮਨਮਤ ਮੈਂ ਹੈਨ ਗੁਰੂ ਜੀ ਨੇ ਲਿਖਾ ਹੈ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ ਮੈਂ ਤਾਂ ਜੋ ਬਾਤ ਆਖਦਾ ਹਾਂ ਸੋ ਗੁਰੂ ਜੀ ਦਾ ਹੀ ਹੁਕਮ ਸੁਣਾਉਂਦਾ ਹਾਂ ਮੈਂ ਤਾਂ ਬੁਰਬਾਰੇ ਦੀ ਮਾਫਕ ਹਾਂ ਰਵਟੀਆ ਕੋਈ ਬੜਾ ਆਦਮੀ ਨਹੀਂ ਹੁੰਦਾ ਅਰਦਾਸ ਦੇਣੀ ਜਵਾਲਾ ਦੇਈ ਨੂੰ ਅਰਦਾਸ ਲਿਖੀ ਚੇਤਰ ਸੁਦੀ 30 ਸਾਲ 1937 ਹੋਰ ਬਾਤ ਕਰਨੀ ਜੋ ਸੂਰਜ ਚੜ੍ਹੇ ਤੇ ਅੱਗੇ ਪਲ ਸਾਹਿਤ ਪਹਿਲਾਂ ਚੰਡੀ ਕੀ ਵਾਰ ਦਾ ਪਾਠ ਕਰਨਾ ਹਮੇਸ਼ਾ ਹੋਰ ਪਾਠ ਭਾਵੇਂ ਅੱਗੇ ਪਿੱਛੇ ਹੋਵੇ ਤਾਂ ਪਰਵਾਹ ਨਹੀਂ ਪਰ ਚੰਡੀ ਕਾ ਪਾਠ ਜ਼ਰੂਰ ਕਰਨਾ ਸਵੇਰੇ ਉੱਚੀ ਨਹੀਂ ਕਰਨਾ ਬਹੁਤ ਭਲਾ ਹੋਵੇਗਾ।